ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ। ਅਕਾਲੀ ਦਲ ਵੱਲੋਂ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਦਿੱਤੇ ਰੋਸ ਧਰਨਾ ਦਿੱਤਾ ਗਿਆ। ਕਪੂਰਥਲਾ ਤੋਂ ਹਰਵਿੰਦਰ ਬੱਗਾ ਦੀ ਰਿਪੋਰਟ, ਸਪੈਸ਼ਲ ਨਿਊਜ਼ ਪੰਜਾਬੀ। ਜਿੰਨੇ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਵੀ ਵਾਅਦਾ ਉਹਨਾਂ ਵੱਲੋਂ ਪੂਰਾ ਨਹੀਂ ਕੀਤਾ ਗਿਆ। ਨਾ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ, ਨਾ ਵਿਦਿਆਰਥੀਆਂ ਦੇ ਕੋਈ ਵਜ਼ੀਫੇ ਦਿੱਤੇ ਗਏ, ਨਾ ਲੈਪਟੋਪ ਦਿੱਤੇ ਗਏ ਆ, ਔਰ ਬਿਜਲੀ ਦੇ ਰੇਟਾਂ ਵਿੱਚ ਬਹੁਤ ਵੱਡਾ ਵਾਧਾ ਕੀਤਾ ਗਿਆ ਵਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੁਕਮ ਲਾਇਆ ਕਿ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਬੈਠ ਕੇ ਆਪਾਂ 2 ਘੰਟੇ ਵਾਸਤੇ ਜਿਹੜਾ 10 ਵਜੇ ਤੋਂ ਲੈ ਕੇ 1 ਵਜੇ ਤੱਕ ਅਸੀਂ ਧਰਨਾ ਦੇਣ ਜਾ ਰਹੇ ਹਾਂ। ਸੋ ਕਪੂਰਥਲਾ ਦੇ ਵਿੱਚ ਅੱਜ ਅਸੀਂ ਸਾਡੇ ਪ੍ਰਧਾਨ ਸਾਹਿਬਾਨ, ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਰੀ ਬੈਠੀ ਆ। ਅੱਜ ਅਸੀਂ 2-3 ਘੰਟੇ ਵਾਸਤੇ ਜਿਹੜਾ ਇੱਥੇ ਪ੍ਰੋਗਰਾਮ ਸਾਰਾ ਹੈਗਾ ਉਹ ਸਰਕਾਰ ਦੇ ਇੰਗੇਜ ਕਰ ਰਹੇ ਹਾਂ ਤਾਂ ਕਿ ਸਰਕਾਰ ਨੂੰ ਉਹਦਾ ਜੋ ਉਹਨਾਂ ਨੇ ਵਾਅਦੇ ਕੀਤੇ ਉਹਨਾਂ ਬਾਰੇ ਜਾਣੂ ਕਰਵਾਇਆ ਜਾ। ਸਰ ਅੱਜ ਬਜਟ ਪੇਸ਼ ਹੋ ਰਿਹਾ, ਸਰਕਾਰ ਨੇ ਕਿਹਾ ਕਿ ਬਜਟ ਸਰਕਾਰ ਲਈ ਬਹੁਤ ਵਧੀਆ ਹੋਵੇ, 31,000 ਕਰੋੜ ਦਾ ਮੁਨਾਫਾ ਹੋਇਆ ਵਾ, ਕੀ ਕਹਿਣਾ ਚਾਹੁੰਦੇ? ਸਰਕਾਰ ਨੂੰ ਮੁਨਾਫਾ ਕਾਹਦਾ ਹੋਣਾ, ਸਰਕਾਰ ਦੇ ਜਿਹੜੇ ਇੱਥੋਂ ਦੇ ਜਿਹੜੇ ਉਹਦੇ MLA ਸੀਗੇ ਜਿਹੜੇ ਉਹਨਾਂ ਨੇ ਕੰਮ ਕੀਤੇ ਪਿਛਲੇ 5 ਸਾਲ ਦੇ ਵਿੱਚ, ਕਰੋੜਾਂ ਰੁਪਈਆਂ ਦੀ 100-100, 500 ਕਰੋੜ ਦੀ ਜਿਹੜੀ ਇਲੀਗਲ ਸ਼ਰਾਬ ਵੇਚ ਦਿੱਤੀ ਆ, ਸਰਕਾਰ ਨੂੰ ਕਾਹਦਾ ਫਾਇਦਾ? ਫਾਇਦਾ ਤਾਂ ਉਹਨਾਂ ਦੇ MLA ਨੂੰ ਹੋਇਆ ਵਾ। ਮਾਈਨਿੰਗ ਦੀ ਗੱਲ ਕਰ ਲਈਏ, ਲਿਕੁਇਡ ਦੀ ਗੱਲ ਕਰ ਲਈਏ, ਸਾਰਾ ਕੁਛ ਜੋ ਜਿੰਨਾ ਉਹਨਾਂ ਨੇ 5-4 ਸਾਲਾਂ ਦੇ ਵਿੱਚ ਪੰਜਾਬ ਦਾ ਘਾਣ ਕਰਕੇ ਰੱਖ ਦਿੱਤਾ ਹੈਗਾ। ਗਰੀਬ ਜਨਤਾ ਅੱਜ ਤਰ੍ਹਾਂ ਤਰ੍ਹਾਂ ਕਰ ਰਹੀ, ਤੁਸੀਂ ਸਾਰੇ ਦੇਖ ਰਹੇ ਕੀ ਹਾਲ ਹੋਇਆ, ਸਾਨੂੰ ਅੱਜ ਧਰਨੇ ਲਾਉਣ ਦੀ ਕਿਉਂ ਲੋੜ ਪਈ? ਆਹ ਤੁਸੀਂ ਦੇਖ ਰਹੇ ਆ ਸਾਰੇ ਗਰੀਬ ਲੋਕ ਬੈਠੇ ਨੇ, ਜ਼ਿਮੀਂਦਾਰ ਬੈਠੇ ਆ, ਉਹ ਸਾਰੇ ਵਪਾਰੀ ਬੈਠੇ ਆ, ਇਸੇ ਕਰਕੇ ਬੈਠੇ ਆ, ਨਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ। ਦੱਸੋ ਕਿਹੜਾ ਅੱਜ ਤੱਕ ਸਰਕਾਰ ਨੇ ਕੰਮ ਕੀਤਾ? ਸਰਕਾਰ ਲਈ ਫਾਇਦੇਮੰਦ ਹੀ ਆ, ਸਰਕਾਰ ਦਾ ਲੋਕਾਂ ਦਾ ਕੋਈ ਇਹਦੇ ਵਿੱਚ ਫਾਇਦਾ ਨਹੀਂ ਹੈਗਾ। ਸਰ ਜਿਹੜੇ ਹੁਣ ਡਿਜੀਟਲ ਮੀਟਰ ਲੱਗ ਰਹੇ ਆ, ਦੂਜੇ ਮੀਟਰ ਹਟਾ ਕੇ ਡਿਜੀਟਲ ਮੀਟਰ ਲਾ ਰਹੇ ਆ, ਇਹ ਕੀ ਤੁਸੀਂ ਤੁਹਾਡੀ ਸਰਕਾਰ ਕੀ? ਬਿਲਕੁਲ ਗਲਤ ਗੱਲ ਹੈ। ਪ੍ਰਧਾਨ ਸਾਹਿਬ ਨੇ ਵਾਅਦਾ ਕੀਤਾ, ਜਿਹੜੀ ਸਾਡੀ ਰੈਲੀ ਹੋਈ ਆ ਮਹਾਲੀ ਉੱਥੇ ਚੰਡੀਗੜ੍ਹ ਦੇ ਵਿੱਚ, ਉਸ ਦਿਨ ਉਹਨਾਂ ਨੇ ਵਾਅਦਾ ਕੀਤਾ ਕਿ ਸਾਡੀ ਸਰਕਾਰ ਲਿਆਓ, ਅਸੀਂ ਜਿਹੜੇ ਬਿਜਲੀ ਦੇ ਬਿੱਲ ਆ ਉਹ ਅੱਧੇ ਕਰ ਦਾਂਗੇ ਸਾਰੇ ਲੋਕਾਂ ਵਾਸਤੇ ਜਿਹੜੇ ਹੈਗੇ, ਉਹਨਾਂ ਨੇ ਅੱਧੇ ਰੇਟ ਦੇਣ ਦਾ ਵਾਅਦਾ ਕੀਤਾ। ਜਿਹੜੇ SC ਸਕਾਲਰਸ਼ਿਪ ਸਾਡੇ ਵਿਦਿਆਰਥੀਆਂ ਦੀ ਬੰਦ ਹੋਈ ਆ, ਉਹਨਾਂ ਨੂੰ ਕਾਲਜਿਸ ਵੱਲੋਂ ਯੂਨੀਵਰਸਿਟੀ ਵੱਲੋਂ ਕੋਈ ਡਿਗਰੀ ਨਹੀਂ ਦਿੱਤੀ ਜਾ ਰਹੀ, ਸੋ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਿਹਾ ਅਸੀਂ ਬਹਾਲ ਕਰਾਂਗੇ। ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ 10 ਸਾਲ ਦੀ ਸਰਕਾਰ ਰਹੀ ਆ, ਜੋ ਵਾਅਦੇ ਕੀਤੇ ਲੋਕਾਂ ਨਾਲ ਪੂਰੇ ਕੀਤੇ, ਗਾਂ ਵੀ ਪੂਰੇ ਕਰਾਂਗੇ। ਕਈਆਂ ਪਿੰਡਾਂ ਦੇ ਵਿੱਚ ਡਿਜੀਟਲ ਮੀਟਰ ਲੱਗਣੇ ਸ਼ੁਰੂ ਹੋ ਗਿਆ ਜੀ, ਔਰ ਇੱਕ ਬੰਦੇ ਕੋ ਘਰ ਪਰ 7,000 ਰੁਪਇਆ ਸਰਕਾਰ ਲੈ ਰਹੀ ਆ, ਤੁਸੀਂ ਕੀ? ਬਿਲਕੁਲ ਗਲਤ ਗੱਲ ਹੈ। ਸਰਕਾਰਾਂ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ, ਨਾ ਕਿ ਸਰਕਾਰਾਂ ਮੁਨਾਫੇ ਵਾਸਤੇ ਹੁੰਦੀਆਂ। ਸਰਕਾਰ ਦਾ ਕੰਮ ਆ ਲੋਕਾਂ ਦੀ ਵੈਲਫੇਅਰ ਕਰਨੀ ਆ, ਇਹ ਬਿਲਕੁਲ ਗਲਤ ਵਾ, ਅਸੀਂ ਡਟ ਕੇ ਵਿਰੋਧ ਨਾ ਕਰਦੇ। ਹਾਂਜੀ ਵਾਲੀ ਜੋ ਅੱਜ ਦਾ ਧਰਨਾ ਲਗਾਇਆ ਤੁਸੀਂ, ਤੇ ਉਸਦੇ ਬਾਰੇ ਦੱਸੋ ਕੀ ਗੱਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਜੀਤ ਸਿੰਘ ਵਾਲੀਆ, ਜ਼ਿਲ੍ਹਾ ਪ੍ਰਧਾਨ ਸ਼ਹਿਰੀ। ਮੈਂ ਅੱਜ ਤੁਸੀਂ ਸਵਾਲ ਕੀਤਾ ਕਿ ਧਰਨਾ ਕਿਉਂ ਲਾਇਆ ਗਿਆ। ਇਹ ਧਰਨਾ ਲੱਗਾ ਪੰਜਾਬ ਸਰਕਾਰ ਦੇ ਖਿਲਾਫ, ਸੈਂਟਰ ਸਰਕਾਰ ਦੇ ਖਿਲਾਫ, ਕਿ ਜਦੋਂ ਪੰਜਾਬ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਖੇ ਸਾਰੀ ਸੰਗਤ ਦੇ ਸਾਹਮਣੇ ਗੁਰੂ ਘਰ ਦੇ ਚਰਨਾਂ ਦੇ ਵਿੱਚ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਉਹਨੇ ਸਹੁੰ ਖਾਧੀ ਕਿ ਪੰਜਾਬ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਾ ਖਤਮ ਕਰ ਦੂੰਗਾ, ਗਰੀਬਾਂ ਨੂੰ ਮੈਂ ਘਰ ਬਣਾ ਕੇ ਦਊਂਗਾ, ਮੈਂ ਪੈਨਸ਼ਨਾਂ ਵਧਾਊਂਗਾ, ਮੈਂ ਗਰੀਬ ਬੱਚਿਆਂ ਦੇ ਵਿਆਹ ਦੇ ਸਗਨ ਦੇ 51,000 ਰੁਪਏ ਸਗਨ ਸਕੀਮ ਕਰੂੰਗਾ। ਪਰ ਅੱਜ 4 ਸਾਲ ਬੀਤ ਚੁੱਕੇ ਨੇ ਸਰਕਾਰ ਦੇ, ਪਰ ਲੋਕ ਅੱਜ ਪੰਜਾਬ ਦੇ ਇੰਨੇ ਦੁਖੀ ਹੋ ਚੁੱਕੇ ਨੇ ਕਿ ਅੱਜ ਇਹਨੂੰ ਚਲਦਾ ਕਰਨ ਵਾਸਤੇ ਸਾਰੀ ਜਿਹੜੇ ਪੰਜਾਬ ਕੀ ਪੂਰੇ ਪੰਜਾਬ ਦੇ ਵਿੱਚੋਂ ਦੁਨੀਆ 'ਚ ਸਾਰੇ ਧਰਨਿਆਂ 'ਤੇ ਬੈਠੀ ਹੈ ਕਿ ਇਹ ਸਰਕਾਰ ਨੂੰ ਚਲਦਾ ਕਰੋ, ਕਿਉਂਕਿ ਇਹਨਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।